सन 1984 तो लैके हुण तक एक दंगा पीड़ित परिवार सरकारी दफ्तरां दे चक्कर कट रहा है। लम्मा अरसा बीतन दे बावजूद भी हले तक इस परिवार दा ना तां लाल कार्ड ही बनिया है अते ना ही सहायता राशि मिली है। पीड़ित परिवार दे मुखी भगवान सिंह पुत्र हरी सिंह वासी पिंड गोंदवाल साहब ने जानकारी दिंदिया दस्सिया कि जदों 1984 दे विच दंगे होए सन तां उन्हां दा परिवार दिल्ली रहिंदा सी। इन्हां दंगियां दौरान वह खुद गंभीर रूप विच जख्मी हो गए सन। लंबा समा इलाज कराउण तों वह ठीक हो के पंजाब आ वसे अते उस दिन तों लैके अज तक लाल कार्ड बनाउण लई धक्के खा रहे हन। इस संबंधी SDM दीपक भाटिया ने कहा कि यह मामला उन्हां दे ध्यान विच अज ही आया है। पीड़ित परिवार उन्हां नूं खुद आ के मिले तां जो उन्हां दे मसले का कोई हल हो सके। भगवान सिंह ਕਿਹੜਾ ਪਿੰਡ ਤੁਹਾਡਾ? ਗੋਂਦਵਾਲ ਜੀ। ਅੱਛਾ, ਇਹ 84 ਦੇ ਵਿੱਚ ਤੁਸੀਂ ਜਦੋਂ ਦੰਗੇ ਹੋਏ ਤਾਂ ਤੁਸੀਂ ਕਿੱਥੇ ਰਹਿੰਦੇ? ਅਰਜਨ ਨਗਰ 'ਚ, ਦਿੱਲੀ ਅਰਜਨ ਨਗਰ ਨੋਇਡਾ ਦੇ ਵਿੱਚ ਮੌਜੂਦਾ। ਜਦੋਂ ਵਾਕਿਆ ਹੋਇਆ ਉਦੋਂ ਮੈਂ ਨੋਇਡਾ ਕੰਮ ਕਰਦਾ ਸੀ। ਕਿੱਥੇ 84 ਦੇ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਤੁਹਾਡੇ ਵੱਲੋਂ, ਕਿੱਥੇ ਕਿੱਥੇ ਸੱਟਾਂ ਵੱਜੀਆਂ? ਮੇਰੇ ਸੱਟਾਂ ਜੀ, ਸਾਰਾ ਸਿਰ ਸੜ ਗਿਆ ਸੀ, ਆਹ ਪਿੱਛੇ ਪਿੱਠ ਸੜੀ ਸੀ, ਥੱਲੇ ਸਰੀਆ ਆਸ ਪਾਸ ਸਰੀਆ ਸੀ, ਇਹ ਕਿਰਪਾਨ ਮੈਂ ਨਹੀਂ ਵੇਖਿਆ, ਪਿੱਛੋਂ ਵੱਜਿਆ ਸੀ ਸਾਰਾ, ਇਹ ਸਾਰਾ ਆਰ ਪਾਰ ਹੋਇਆ ਸੀ। ਔਰ ਮੈਨੂੰ ਕੈਂਪ 'ਚ ਭਰਤੀ ਕਰਾਤਾ ਸੀ ਆਰਮੀ ਨੇ, ਜਗ੍ਹਾ ਜਗ੍ਹਾ ਕੈਂਪ ਲੱਗੇ ਸੀ, ਉੱਥੋਂ 1.5-2 ਮਹੀਨੇ ਟ੍ਰੀਟਮੈਂਟ ਤੋਂ ਬਾਅਦ ਮੈਨੂੰ ਇਹ ਹਸਪਤਾਲ 'ਚ ਦਾਖਲ ਕਰਾਤਾ। ਛੋਟੇ ਜਿਹੜੇ ਕੈਂਪ ਸੀ, ਕੈਂਪ ਦੇ ਬਾਅਦ 1-2 ਜਗ੍ਹਾ ਮੈਂ ਕਲੀਨਿਕ ਦੇਣੇ ਸੀ, ਬਾਅਦ 'ਚ ਉੱਥੇ ਵੀ ਫ੍ਰੀ ਹੋਇਆ ਇਲਾਜ, ਮੁੜ ਕੇ ਇਰਵਿਨ ਹਸਪਤਾਲ ਜਿਹੜਾ ਮੌਜੂਦਾ ਜੈਪ੍ਰਕਾਸ਼ ਨਾਰਾਇਣ ਹੈ ਉੱਥੇ ਦਾਖਲ ਕਰਾਇਆ ਔਰ ਮੇਰੇ ਆਪਰੇਸ਼ਨ ਉੱਥੇ ਹੋਏ। ਮਸਲਾ ਇਹ ਕਿ ਸਾਡੇ ਜਿਹੜੇ ਕਾਰਡ ਹੈ, ਅੱਜ 38-39 ਸਾਲ ਹੋ ਗਿਆ, ਬੁੱਢੇ ਹੋ ਗਏ ਅਸੀਂ, ਚੱਕਰਾਂ ਦਫ਼ਤਰਾਂ ਦੇ ਚੱਕਰਾਂ ਕੱਟ ਕੱਟ ਕੇ ਥੱਕ ਗਏ। ਅਖੀਰ ਜੇ ਕਾਰਡ ਬਣਨਾ ਸੀ ਉਹ ਵੀ ਅਜੇ ਤੱਕ ਨਹੀਂ ਮਿਲਿਆ। ਹਜ਼ਾਰਾਂ ਹੀ ਚੱਕਰ ਅਸੀਂ ਲਾਏ, ਕਮਿਸ਼ਨਰ ਆਫਿਸ ਦੇ ਲਾਏ, ਇੱਧਰ DC ਆਫਿਸ ਦੇ ਲਾਏ, SDM ਆਫਿਸ ਦੇ, ਪਟਵਾਰੀ, ਨਾਇਬ ਸਭ ਦੇ ਲਾਏ। ਪ੍ਰਸ਼ਾਸਨ ਅਧਿਕਾਰੀ ਉੱਤੋਂ ਦਾ ਇਹੀ ਹੋ ਕਿ ਉੱਤੋਂ ਆਰਡਰ ਆਊਟ ਕਰਾਂਗੇ, ਉੱਤੋਂ ਆਰਡਰ ਅੱਜ ਤੱਕ ਤਾਂ ਪਤਾ ਨਹੀਂ ਲੱਗਿਆ 40 ਸਾਲ ਉੱਪਰ ਤੋਂ ਹੀ ਕਿਹੜਾ ਆਰਡਰ ਆ ਰਿਹਾ। ਸਾਨੂੰ 1 ਰੁਪਈਆ, ਲੱਖਾਂ ਰੁਪਏ ਮੈਂ ਖਰਚ ਚੁੱਕਿਆ, ਇੱਕ ਦਿਹਾੜੀਦਾਰ ਵਾਸਤੇ ਦਿਹਾੜੀ ਤੋੜਨੀ, ਹੋਰ ਆਪਣਾ ਕੰਮ ਛੱਡ ਕੇ ਜਾਣਾ, ਧੱਕੇ ਖਾਣੇ। ਅਖੀਰ 'ਚ ਮੈਂ ਅੱਕ ਕੇ ਚਿੱਠੀ ਲਿਖੀ ਸੀ ਕਿ ਵੀ ਆਹ ਰੋਜ਼ ਬੁਲਾ ਲੈਂਦੇ, ਖਡੂਰ ਸਾਹਿਬ ਬੁਲਾ ਲੈਂਦੇ, ਆ ਜਾਈਦਾ ਸ਼ਾਮਾਂ ਨੂੰ। ਫਿਰ ਇਹ ਚਿੱਠੀ ਮੇਰੇ ਕੋਲ ਮੌਜੂਦ ਹੈ ਕਿ ਮੈਂ ਕੀ ਕੁਛ ਲਿਖਿਆ ਸੀ ਉੱਥੋਂ, ਫਿਰ ਇਹ ਮਾਰ ਕੇ ਚਿੱਠੀ ਲਿਖੀ ਹੈ ਕਿ ਮੈਨੂੰ ਆਹ ਤੰਗ ਕਰਦੇ ਆ। ਇਸ ਤਰ੍ਹਾਂ ਦੂਜੇ ਦਿਨ ਬੁਲਾ ਲੈਣਾ, ਨਾ ਕੋਈ ਕੰਮ ਨਾ ਧੰਦਾ, ਬਸ ਕਰਨਾ ਕੁਛ ਵੀ ਨਹੀਂ, ਕਲੀਅਰ ਕੱਟ ਗੱਲ ਕਰ ਦਿੰਦੇ, ਨਹੀਂ ਆਉਣਾ ਤਾਂ ਮੈਂ ਬਹਿ ਜਾਣਾ ਸੀ। ਸਰਕਾਰ ਕੋਲੋਂ ਇਹ ਮੰਗ ਹੈ ਕਿ ਅੱਜ 29 ਸਾਲ ਹੋ ਗਿਆ, ਜਿਹੜੇ 84 ਦੇ ਵਾਲੇ ਸਭ ਧੱਕੇ ਖਾਣ ਡੇ, ਕਈਆਂ ਦਾ ਕਾਰਡ ਨਹੀਂ ਬਣਿਆ, ਕੋਈ ਐਲੀਗੇਸ਼ਨ ਲੱਗ ਰਿਹਾ, ਕਈ ਕੁਛ ਹੈ, ਇੰਨਾ ਸਮਾਂ ਮਤਲਬ ਲੰਘਿਆ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ। ਉਦੋਂ ਲੱਖ ਦਿੱਤਾ ਸੀ, ਅੱਜ ਲੱਖ, 40 ਸਾਲ ਬਾਅਦ ਲੱਖ 'ਚ ਕੀ ਕਰਨਾ, ਲੱਖ ਤਾਂ ਮਿਲੇ ਨਾ ਮਿਲੇ, ਸਹੂਲਤਾਂ ਤਾਂ ਕੁਛ ਨਾ ਕੋਈ ਦੇਣ, ਬੱਚਿਆਂ ਨੂੰ ਸਹੂਲਤਾਂ ਦੇਣ, ਕਾਰੋਬਾਰ ਦੀ ਦੇਣ, ਕੁਛ ਰਿਜ਼ਰਵ 'ਚ। ਮਾਨ ਸਾਹਿਬ ਇੰਨੀ ਵਧੀਆ ਸੋਚ ਰੱਖਦੇ, ਕੰਮ ਵੀ ਕਰ ਰਹੇ ਹੈ, ਕਿਉਂਕਿ ਅਸੀਂ ਨਵੇਂ ਆਏ ਹਾਂ, ਪੁਰਾਣੀ ਸਰਕਾਰਾਂ ਤੋਂ ਕਈ ਕੁਛ ਕੰਮ ਢਿੱਲਾ ਪਿਆ ਸੀ। ਹਾਂਜੀ ਸਰ, ਇੱਕ ਆਪਣੇ ਇਤਿਹਾਸਿਕ ਹਸਪਤਾਲ ਗੋਇੰਦਵਾਲ ਸਾਹਿਬ ਦਾ ਮਾਮਲਾ, ਇੱਕ ਦੰਗਾ ਪੀੜਿਤ ਪਰਿਵਾਰ ਆ, ਸੋ ਉਹ ਪਰਿਵਾਰ ਦਾ ਕਹਿਣਾ ਕਿ ਉਹ ਸੰਨ 1984 ਤੋਂ ਜਿਹੜਾ ਵੱਖ ਵੱਖ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਅਤੇ ਉਹਨੂੰ ਲਾਲ ਕਾਰਡ ਜਿਹੜਾ ਨਹੀਂ ਹਲੇ ਤੱਕ ਮਿਲਿਆ, ਸਰ ਕੀ ਮਾਮਲਾ ਅਤੇ ਕੀ ਇੱਥੇ ਆਪਣੀ ਕਾਰਵਾਈ ਕੀਤੀ ਜਾ ਰਹੀ? ਦੇਖੋ ਜੀ, ਮੇਰੇ ਕੋਲ ਤਾਂ ਕਦੀ ਅਜੇ ਤੱਕ ਪਰਿਵਾਰ ਨਾ ਇਹ ਆਏ ਨਾ ਇਹਨਾਂ ਦੇ ਕੋਈ ਲਿਖਤੀ ਲੈਟਰ ਆਈ ਹੈ, ਪਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ, ਜੇਕਰ ਕੋਈ ਇਹਨਾਂ ਦੀ ਮੁਸ਼ਕਲ ਹੈਗੀ ਆ ਇਸ ਦਫ਼ਤਰ 'ਚ ਆ ਕੇ ਲਿਖਤੀ ਰੂਪ 'ਚ ਦੇ ਦੇਣ, ਅਸੀਂ ਇੰਕੁਆਇਰੀ ਕਰਕੇ ਜਾਂ ਜੋ ਕਿ ਆਲਰੇਡੀ ਅਪਰੂਵ ਹੋਇਆ ਉਹਦਾ ਫੋਲੋਅਪ ਕਰਕੇ ਅਤੇ ਇਹਨਾਂ ਨੂੰ ਜੋ ਇਹਨਾਂ ਦਾ ਬਣਦੇ ਲਾਭ ਦਵਾ ਦਿਓ। ਧੰਨਵਾਦ।